ਸੱਚੇ ਦਰਬਾਰ ਕੀ ਜੈ ਜਕਾਰਾ ਖਨਗਾ ਵਾਲੇ ਪੀਰ ਦਾ ਬੋਲੀਏ ਸੱਚੇ ਦਰਬਾਰ ਕੀ ਜੈ ਸਮੁੱਚੀ ਸਾਧ ਸੰਗਤ ਜੋ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਜਾਂ ਨਗਰ ਖੇੜੇ ਜਾਂ ਆਸ ਪਾਸ ਦੇ ਜਿੰਨੇ ਵੀ ਗਮ ਹਨ ਸਾਰਿਆਂ ਨੂੰ ਸੂਚਨਾ ਕੀਤੀ ਜਾਂਦੀ ਹੈ ਕਿ ਦਰਗਾਹ ਦਾਤਾ ਗੁਲਾਮ ਨਬੀ ਲੱਖਦਾਤਾ ਲਾਲਾਂ ਵਾਲਾ ਪੀਰ ਪਿੰਡ ਸਾਧਨ ਵਾਸ ਵਿਖੇ ਇਸ ਵਾਰ ਦਸੰਬਰ ਦਾ ਭੰਡਾਰਾ ਆ ਰਿਹਾ ਹੈ 15 ਤਰੀਕ ਦਿਨ ਮੰਗਲਵਾਰ ਨੂੰ ਬਾਬਾ ਜੀ ਦੀ ਦਰਗਾਹ ਦੇ ਉੱਤੇ ਸਭ ਤੋਂ ਪਹਿਲਾਂ ਮਾਤਾ ਮਹਾਮਾਈ ਦਾ ਜਾਗਰਣ ਹੈ ਜਿਸ ਵਿੱਚ ਪਟਿਆਲੇ ਤੋਂ ਟੋਨੀ ਸੁਲਤਾਨ ਜੀ ਮਹਾਮਾਈ ਦਾ ਗੁਣਗਾਨ ਕਰਨਗੇ 16 ਤਰੀਕ ਨੂੰ ਝੰਡੇ ਦੀ ਰਸਮ ਹੈ ਜੋ ਕਿ ਬਾਬਾ ਜੀ ਦੇ ਨਿਸ਼ਾਨ ਚੜ੍ਹਾਏ ਜਾਣਗੇ 17 ਤਰੀਕ ਦਿਨ ਵੀਰਵਾਰ ਨੂੰ ਬਾਬਾ ਜੀ ਦੀ ਚਾਦਰ ਚੜ੍ਹਾਈ ਜਾਏਗੀ ਅਤੇ ਗੁਰੂ ਸਾਹਿਬ ਲੰਗਰ ਅਤੁੱਟ ਵਰਤੇਗਾ ਵੀਰਵਾਰ ਰਾਤ ਨੂੰ ਬਾਬਾ ਜੀ ਦਾ ਦੀਵਾਨ ਭਰੇਗਾ ਸੋ ਸਮੁੱਚੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਆਪਣੇ ਤਨ ਮਨ ਧਨ ਨਾਲ ਸੇਵਾ ਕਰਨੀ ਹੈ ਵੱਧ ਤੋਂ ਵੱਧ ਅਤੇ ਸਮੇਂ ਸਿਰ ਪਹੁੰਚ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਹੈ ਸੋ ਇੰਨੀ ਹੀ ਬੇਨਤੀ ਕਰਦੇ ਹੋਏ ਖਿਮਾ ਦੇ ਜਾਚਕ ਹਾਂ ਵੱਲੋਂ ਬਾਬਾ ਕਸ਼ਮੀਰ ਜੀ ਪਿੰਡ ਸਾਧਨ ਵਾਸ ਸੋ ਦੁਬਾਰਾ ਫਿਰ ਬੇਨਤੀ ਹੈ ਸਾਰੀ ਸਾਧ ਸੰਗਤ ਨੂੰ ਕਿ ਹੁੰਮ ਹੁਮਾ ਕੇ ਤਨ ਮਨ ਧਨ ਨਾਲ ਸੇਵਾ ਕਰਨੀ ਹੈ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਹੈ ਬੋਲੀਏ ਸੱਚੇ ਦਰਬਾਰ ਕੀ ਜੈ।